जिन्या टीम सरकार वालों भेजी गई NDRF SDRF किसी काम दी नहीं, उन्होंने बुलेट प्रूफ जैकटा भी पाई। आ मेरे वीर भरा बिना जैकटा तो जाके मौत के मूँह चो डंगर कढ़ के लैके आए हैं, नाल परिवार के जिहड़े फसे हुए उन्होंने लैके आए हैं। की करना इहो जिही टीमां नूं, पिछों फोन करी जांदे सी आ करता करता, कुछ नहीं किया उन्होंने। हर एक चीज़ जिहड़ी आ घर दी खराब हो चुकी है, ते कोई भी जिहड़ा प्रशासन का बंदा अज तक नहीं पुज्जा, बाहरों बाहर तमाशा वेख के जा रहे हैं। ਮੱਝਾਂ ਸੂਣ ਵਾਲੀਆਂ ਜੇ ਉਹਨਾਂ ਨੂੰ ਪੱਠੇ ਨਹੀਂ ਪੁੱਜੇ, ਕੁਛ ਨਹੀਂ ਪੁੱਜਿਆ ਜੀ ਉਹਨਾਂ ਨੂੰ, ਰੋਟੀ ਤੱਕ ਨਹੀਂ ਪੁੱਜੀ, ਪਾਣੀ ਤੱਕ ਨਹੀਂ ਪੁੱਜਿਆ। ਗੁਰਦਾਸਪੁਰ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋ ਰਹੇ ਨੇ। ਉਹਨਾਂ ਦੇ ਵਿੱਚੋਂ ਆਪਣਾ ਘਰਾਂ ਦੇ ਵਿੱਚੋਂ ਕੀਮਤੀ ਸਮਾਨ ਕੱਢ ਕੇ ਟਰਾਲੀਆਂ ਦੇ ਜ਼ਰੀਏ ਕਿਸੇ ਸੁਰੱਖਿਅਤ ਥਾਂ ਤੇ ਲਿਜਾਇਆ ਜਾ ਰਿਹਾ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕ ਅਤੇ ਨੌਜਵਾਨਾਂ ਦਾ ਪ੍ਰਸ਼ਾਸਨ ਦੇ ਉੱਤੇ ਗੁੱਸਾ ਫੁੱਟਦਾ ਹੋਇਆ ਵੀ ਨਜ਼ਰ ਆਇਆ। ਉਹਨੇ ਕਿਹਾ ਕਿ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਪ੍ਰਬੰਧਾਂ ਦੀ ਗੱਲ ਕਹੀ ਜਾ ਰਹੀ ਹੈ, ਪਰ ਉੱਥੇ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜੋ ਲੋਕ ਪਾਣੀ ਵਿੱਚ ਫਸੇ ਹੋਏ ਨੇ ਉਹਨਾਂ ਦੀ ਕੋਈ ਵੀ ਮਦਦ ਕਰਨ ਲਈ ਨਹੀਂ ਪਹੁੰਚ ਰਿਹਾ। ਇਸ ਦੇ ਨਾਲ ਹੀ ਉਹਨਾਂ ਪ੍ਰਸ਼ਾਸਨ ਦੇ ਉੱਤੇ ਕਈ ਸਵਾਲ ਵੀ ਚੁੱਕੇ। ਉਹਨਾਂ ਕਿਹਾ ਕਿ ਜੇਕਰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾਣਾ ਸੀ ਤਾਂ ਹੋਣ ਵਾਲੇ ਨੁਕਸਾਨ ਨੂੰ ਵੇਖਦੇ ਹੋਏ ਇਸ ਦੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਸਾਰੀ ਘਟਨਾ ਜੀ, ਪਾਣੀ ਇੰਨਾ ਛੱਡਤਾ ਸਰਕਾਰਾਂ ਨੇ, ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਕੀ ਚੱਕਰ ਆ, ਪਹਿਲਾਂ ਕਿਸੇ ਨੂੰ ਦੱਸਿਆ ਨਹੀਂਗਾ। ਜਿਹੜੀ ਇੱਥੇ ਨਾਲ ਬੰਨ ਬਣੇ ਆ ਉਹਦੇ 'ਤੇ ਕਿਸੇ ਨੇ ਅੱਜ ਤੱਕ ਪ੍ਰਬੰਧ ਹੀ ਨਹੀਂ ਕੀਤਾ ਵੀ ਜੇ ਪਾਣੀ ਛੱਡਣਾ, ਪਹਿਲਾਂ ਤਾਂ ਇਹ ਪਹਿਲਾਂ ਪ੍ਰਬੰਧ ਕਰੀਏ, ਵੇਖੀਏ ਪਾਣੀ ਕਿੱਥੋਂ ਕਮਜ਼ੋਰ ਆ, ਬੰਨ ਨੂੰ ਠੀਕ ਕਰੀਏ। ਉਹ ਕੁਝ ਨਹੀਂ ਕੀਤਾ। ਇਹ ਕੱਲ੍ਹ ਜਦੋਂ ਪਾਣੀ ਆ ਗਿਆ, ਟੁੱਟ ਗਿਆ, ਜਿਹੜੇ ਲਾਗੇ ਦੇ ਪਿੰਡ ਸੀਗੇ ਉਹਨਾਂ ਨੇ ਮੁੰਡਿਆਂ ਨੇ ਹਿੰਮਤ ਮਾਰੀ ਆ, ਜ਼ੋਰ ਲਾਇਆ ਜਿੰਨਾ ਲੱਗਾ ਉਹਨਾਂ ਕੋਲ, ਕੋਈ ਸਰਕਾਰੀ ਮਹਿਕਮਾ ਅਫਸਰ ਇੱਥੇ ਨਹੀਂ ਆਇਆ। ਉਹਨਾਂ ਹਿੰਮਤ ਮਾਰ ਕੇ ਆਪਣੇ ਬੋਰੀਆਂ ਬਾਰੀਆਂ ਲਾ ਕੇ ਇਹਨੂੰ ਡੱਕਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਇੰਨਾ ਸੀਗਾ ਉਹਨਾਂ ਦੀ ਵਾਪਸ ਨਹੀਂ ਗਈ। ਇਹ ਸ਼ਾਮੀ 3 ਵਜੇ ਟੁੱਟ ਗਿਆ ਵਾ। ਉਹ ਟੁੱਟਣ ਤੋਂ ਬਾਅਦ ਜਿਹੜਾ ਪਿੰਡ ਦਾ ਬਹੁਤ ਨੁਕਸਾਨ ਹੋਇਆ, ਦੋਵਾਲ ਦਾ ਸਾਰੇ ਵਿਚਾਰੇ ਤਰਲੇ ਲੈਣ ਡੇ ਆ, ਡੰਗਰ ਵਸਾ ਭੁੱਖਾ ਮਰਨ ਡਿਆ ਵਾ। ਉਦੋਂ ਫਿਰ ਪਾਣੀ ਟੁੱਟਦਾ, ਠਾਂ ਨੂੰ ਚਲ ਗਿਆ ਵਾ, ਭੱਟੀਏ ਨੂੰ ਚਲ ਗਿਆ ਵਾ, ਗੁਨੋਪੁਰ ਸੈਦੋਵਾਲ ਨੂੰ, ਭੱਟੀਏ ਰੰਧਾਵਾ ਕਲੋਨੀ, ਇਹ ਪਿੰਡ ਜਿਹੜੇ ਸਾਰੇ ਡੁੱਬ ਗਏ, ਲਗਭਗ ਘਰਾਂ 'ਚ ਪਾਣੀ ਫਿਰਨ ਡਿਆ ਵਾ। ਇੰਨੇ ਪਿੰਡ ਡੁੱਬ ਚੁੱਕੇ ਆ, ਜਿਹੜੇ ਡੰਗਰ ਲੋਕਾਂ ਦੇ ਬਾਹਰ ਪਾਣੀ 'ਚ ਖਲੋਤੇ, ਪੱਠਾ ਕੋਈ ਨਹੀਂ ਖਾਣ ਨੂੰ, ਡੰਗਰਾਂ ਜਾਣਾ ਕਿੱਥੇ ਆ? ਕੋਈ ਸਰਕਾਰ ਨੇ ਅਜੇ ਤੱਕ ਪ੍ਰਬੰਧ ਨਹੀਂ ਕੀਤਾ, ਵੀ ਵੇਖੀਏ ਜਾ ਕੇ ਕੀ ਕਰਨਾ ਵਾ। ਇਸ ਕਰਕੇ ਬੇਨਤੀ ਆ ਸਰਕਾਰ ਨੂੰ ਵੀ ਇਹਦਾ ਧਿਆਨ ਦੇਣਾ ਚਾਹੀਦਾ ਵਾ। ਇਸ ਤੋਂ ਬਾਅਦ ਪਿੱਛੇ ਰੰਧਾਵਾ ਕਲੋਨੀ ਸਾਹਮਣੇ ਤੁਸੀਂ ਟੁੱਟ ਚੱਲੀ ਸੀ, ਉਹ ਦੋਸ ਪੈਂਦੇ ਸੀ ਜਿਹਨਾਂ ਡੱਕ ਛੜੀ ਆ, ਉਹ ਸਵੇਰੇ ਆਣ ਕੇ ਸਾਰਿਆਂ ਇਕੱਠੇ ਹੋ ਕੇ, ਸਾਰਾ ਇਲਾਕਾ ਇਕੱਠਾ ਹੋ ਕੇ ਟਰਾਲੀਆਂ ਲਿਆ ਕੇ ਮਿੱਟੀ ਪਾ ਕੇ ਬੋਰੀਆਂ ਨੇ ਬੰਨ ਕੇ, ਉਹ ਵੀ ਡੱਕਿਆ ਵਾ। ਇਹ ਤਾਂ ਹਾਲਾਤ ਜਿਹੜਾ ਅਫਸਰ ਸਾਹੀ ਦਾ ਵਾ, ਕੋਈ ਇੱਥੇ ਧਿਆਨ ਨਹੀਂ ਦੇਣ ਡਿਆ ਸਵੇਰ ਦਾ, ਵੀ ਇੰਨਾ ਪਾਣੀ ਦੋ ਦਿਨ ਹੋਏ ਆਣ ਕੇ, ਵੇਖੀਏ ਕੋਈ ਧਿਆਨ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤੀ ਕਿਸਾਨ ਯੂਨੀਅਨ ਰਿਤਾ ਗ੍ਰਾਹਾਂ ਵੱਲੋਂ ਅਸੀਂ ਆਪਣੇ ਸਾਰੇ ਸਾਡੀ ਟੀਮ ਕੱਲ੍ਹ ਆਈ ਹੈ, ਜਦੋਂ ਪਾਣੀ ਆਪਣੇ ਸਪਰ ਤੋਂ ਟੁੱਟਾ, ਜਦੋਂ ਉੱਦਾਂ ਸਾਨੂੰ ਸਵੇਰੇ 5:30 ਪਤਾ ਲੱਗਾ ਸਪਰ ਤੋਂ ਪਾਣੀ ਟੁੱਟ ਗਿਆ। ਅਸੀਂ ਉੱਤੋਂ ਜੋ ਟੁੱਟਿਆ ਅਸੀਂ ਧੁੱਸੀ ਦੇ, ਚਲੋ ਜੋ ਮਿੱਟੀ ਅਸੀਂ ਆਪਣੇ ਪਾਉਣ ਡੇ ਹਾਂ, ਕਿਸੇ ਨੇ ਚਲੋ ਆਪਣੇ ਪਿੰਡ ਦੇ ਮੁੰਡੇ ਹਿੰਮਤ ਸਾਰਿਆਂ ਨੇ ਮਾਰੀ, ਬਾਹਰੋਂ ਵੀ ਚਲੋ ਬੰਦੇ ਆਏ, ਬਾਕੀ ਪ੍ਰਸ਼ਾਸਨ ਨੂੰ ਕੋਈ ਕਿਸੇ ਨੇ ਸਰਕਾਰ ਨੂੰ ਨਾ ਕੋਈ ਬੰਦਾ ਭੇਜਿਆ, ਜਾਂ ਮਿੱਟੀ ਭੇਜੀ, ਜਾਂ ਬੱਜਰ ਭੇਜਿਆ, ਕਿ ਜਾਂ ਉੱਤੇ ਪਾ ਕੇ, ਕਿ ਜਾਂ ਇਹਨੂੰ ਉੱਤੇ ਉੱਚਾ ਕੀਤਾ ਜਾਏ ਪਿੰਡ ਦੇ, ਕਿ ਬਚਾਇਆ ਜਾਏ, ਨਹੀਂ ਤਾਂ ਪਿੰਡ ਰੁੜ ਜਾਣਾ। ਜਿਹੜੀ ਗੱਲ, ਕਿੰਨੇ ਪਿੰਡ ਜਿਹੜੇ ਮਾਰੇ ਠਗੇ ਨੇ? ਘੱਟੋ ਘੱਟ ਭਾਅ ਜੀ 10-12 ਦਾ ਪਿੰਡ ਤਾਂ ਹੋਣੇ ਹੋਣੇ ਆਪਣੇ ਲਾਗੇ ਸਾਰੇ, ਜਿਹੜੀ ਮਾਰ ਗਏ ਬਿਲਕੁਲ ਡੁੱਬ ਗਏ। ਹੋਰ ਕਿੰਨਾ ਕੁ ਨੁਕਸਾਨ ਹੋ ਸਕਦਾ ਪਾਣੀ ਦਾ? ਬਹੁਤ ਜ਼ਿਆਦਾ ਹੋ ਸਕਦਾ ਜੀ, ਡੰਗਰ ਵੱਛਾ ਸਾਰੇ ਇੱਦਾਂ ਹੀ ਖੁੱਲ੍ਹੇ ਛੱਡਤੇ ਲੋਕਾਂ ਨੇ, ਪੱਠਾ ਤੱਕ ਤਾਂ ਰਹਿ ਨਹੀਂ ਗਿਆ ਜਿਹੜੀ ਗੱਲ। ਬਾਕੀ ਸਾਡੇ ਵਹਿੰਦਿਆਂ ਵਹਿੰਦਿਆਂ ਸ਼ਾਮੀ ਜਿਹੜਾ ਰੋਡ ਪਾਰ ਕੀਤਾ ਦੋਵਾਲ ਤੋਂ ਮੇਨ ਰੋਡ ਹਾਈਵੇ, ਜਿਹੜਾ ਮਕੇਰੀਆਂ ਵਾਲਾ ਗੁਰਦਾਸਪੁਰ ਤੋਂ ਮਕੇਰੀਆਂ, ਇਹ ਸਾਡੇ ਵਹਿੰਦਿਆਂ ਵਹਿੰਦਿਆਂ 6-7 ਵਜੇ ਦੀ ਗੱਲ, ਜਦੋਂ ਅਸੀਂ ਰੋਡ ਪਾਰ ਕਰਨਾ, ਅਸੀਂ ਭੱਜ ਕੇ ਗੱਡੀਆਂ ਬਾਹਰ ਕੱਢੀਆਂ, ਆਪਣੇ ਡੰਗਰ ਵਿਛੇ ਜਨਾਨੀਆਂ ਜੁਣੀ ਆਪਣੇ ਸਾਰੇ ਅਸੀਂ ਭੇਜਦੀਆਂ ਵੰਡੇ ਜਾਓ ਜਿੱਦਾਂ ਮਰਜ਼ੀ। ਪਰ ਇਸ ਕਿਸੇ ਨੇ ਵੀ ਨਹੀਂ ਮੌਕੇ 'ਤੇ ਆਣ ਕੇ ਵੇਖਿਆ ਆ ਬਾਅਦ ਤੁਹਾਡੇ ਸਾਹਮਣੇ ਵੇਖ ਲਓ ਬੱਜਰ ਜਿਹੜਾ ਬਾਅਦ 'ਚ ਆਇਆ, ਜਦੋਂ ਤੁਸੀਂ ਓਵਰਫਲੋ ਟੁੱਟ ਗਈ ਹੈ ਜਦੋਂ ਜਾਣ, ਅਤੇ ਫਿਰ ਸਾਰੇ ਭੱਜ ਗਏ, ਬਾ ਫੜ ਲਓ ਰਹਿਣ ਦਿਓ ਰਹਿਣ ਦਿਓ, ਜੇ ਉੱਥੇ ਕਿਤੇ ਹਿੰਮਤ ਪਾ ਕੇ ਬੰਨ ਦਿੱਤੇ ਬੰਨ ਜਿਹੜਾ ਬੱਜ ਨਹੀਂ ਟੁੱਟਣਾ, ਜਿੰਦਾ ਮਰਜ਼ੀ ਬੰਨਿਆ ਜਾਣਾ ਜਿੰਦਾ ਮਰਜ਼ੀ। ਵੀ ਜੇ ਜਿੰਨੀਆਂ ਟੀਮਾਂ ਸਰਕਾਰ ਵੱਲੋਂ ਭੇਜੀ ਗਈਆਂ NDRF SDRF ਕਿਸੇ ਕੰਮ ਦੀ ਨਹੀਂ, ਉਹਨਾਂ ਨੇ ਬੁਲਟ ਪਰੂਫ ਜੈਕਟਾਂ ਵੀ ਪਾਈਆਂ। ਆ ਮੇਰੇ ਵੀਰ ਭਰਾ ਬਿਨਾਂ ਜੈਕਟਾਂ ਤੋਂ ਜਾ ਕੇ ਮੌਤ ਦੇ ਮੂੰਹ ਚੋਂ ਡੰਗਰ ਕੱਢ ਕੇ ਲੈ ਗਏ ਆ, ਅਤੇ ਨਾਲ ਪਰਿਵਾਰ ਕੇ ਜਿਹੜੇ ਫਸੇ ਹੋਏ ਉਹਨਾਂ ਨੂੰ ਲੈ ਕੇ ਆਏ ਆ। ਕੀ ਕਰਨਾ ਇਹੋ ਜਿਹੀ ਟੀਮਾਂ ਨੂੰ? ਅਸੀਂ ਪਿੱਛੋਂ ਫੋਨ ਕਰੀ ਜਾਂਦੇ ਸੀ, ਆਹ ਕਰਤਾ ਕਰਤਾ, ਕੁਝ ਨਹੀਂ ਕੀਤਾ ਉਹਨਾਂ ਨੇ। ਸਾਡਾ ਪਿੰਡ ਪੁਲਤੀਬੜੀ ਆ, ਕੁਛ ਭਰਾ ਆਪਣੇ ਗੁਰਦਾਸਪੁਰ ਦੇ ਨਾਲ ਆ, ਅਤੇ ਦੋਵਾਲ ਪਿੰਡ ਦੇ ਵਿੱਚ ਇੰਨਾ ਕੁ ਪਾਣੀ ਆ, ਕੋਈ ਵੀ ਜਿਹੜੀ ਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ। ਇਹ ਪਿੰਡ ਦੇ ਨੌਜਵਾਨ ਜਿਹੜੇ ਮੁੰਡੇ ਆ, ਇਹ ਆਪਸ 'ਚ ਇਕੱਠੇ ਹੋ ਕੇ ਟਰਾਲੀ ਟਰੈਕਟਰ ਲਿਆ ਕੇ ਜਿਹੜੇ ਬੇਜ਼ੁਬਾਨ ਜਾਨਵਰ ਆ ਜਾਂ ਕੋਈ ਬਿਮਾਰ ਆ ਉਹਨਾਂ ਨੂੰ ਲੈ ਕੇ ਆ ਰਹੇ ਆ, ਅਤੇ ਪਾਣੀ ਹਰ ਇੱਕ ਚੀਜ਼ ਜਿਹੜੀ ਆ ਘਰ ਦੀ ਖਰਾਬ ਹੋ ਚੁੱਕੀ ਆ, ਅਤੇ ਕੋਈ ਵੀ ਜਿਹੜਾ ਪ੍ਰਸ਼ਾਸਨ ਦਾ ਬੰਦਾ ਅੱਜ ਤੱਕ ਨਹੀਂ ਪੁੱਜਾ, ਬਾਹਰੋਂ ਬਾਹਰ ਤਮਾਸ਼ਾ ਵੇਖ ਕੇ ਜਾ ਰਹੇ ਆ। ਆਹ ਬੰਦੇ ਤੁਸੀਂ ਵੇਖ ਹੀ ਸਕਦੇ ਹੋ, ਜੇ ਜਾਂਦੇ
ਲਿਆਉਣ ਦੇ ਹੋਰ ਵੀ ਮੁੜੇ ਜਿਹੜੇ ਆ ਟਰਾਲੀਆਂ ਭਰ ਭਰ ਕੇ ਲਿਆਉਂਦੇ ਆ। ਮੇਰੀ ਗੱਲ ਸੁਣ ਤੇ ਜੇ ਤੁਸੀਂ ਲਾਣੀ ਨਾ ਨਿਊਜ਼ ਤੇ ਆਪਣੇ ਅਗਲੇ ਪਾਸੇ ਸੱਜੇ ਖੱਬੇ ਪਿੰਡ ਕਹਿੰਦੇ ਡੇਰੇ ਆ ਉੱਥੇ ਕੁਛ ਵੀ ਨਹੀਂ ਪਹੁੰਚਦਾ। ਇਹ ਮੁੰਡਾ ਤੁਹਾਨੂੰ ਦੱਸੇਗਾ ਕਿਹੜਾ ਭਰਾ ਦੱਸ ਯਾਰ ਸਾਹਮਣੇ। ਇਹ ਮਹਾਰਾਜ ਆਪਣੇ ਕੋਲੋਂ ਜਿਹੜੇ ਆ ਪੁਰਾਣੇ ਛਾਲੇ ਕੋਈ ਨਵੇਂ ਛਾਲੇ ਦੇ ਭਲਵਾਨ ਮੁੰਡੇ ਆ ਇਹਨਾਂ ਦਾ ਮਹਿਕਮਾ ਤੇ ਨਾਲ ਹੋ ਕੇ ਵਿਚਾਰੇ ਮਦਦ ਕਰ ਰਹੇ ਸਾਰਿਆਂ ਦੀ ਤੇ NDRF ਜਿੰਨੀਆਂ ਟੀਮਾਂ ਆ ਕੁਛ ਨਹੀਂ ਕਰ ਰਹੀਆਂ, ਸਭ ਰਾਸ਼ਨ ਪਾੜਨ ਦੀਆਂ ਇੱਥੇ ਕੋਈ ਕੰਮ ਨਹੀਂ ਕਰਨੀਆਂ। ਇੱਥੇ ਭਲਵਾਨ ਨੇ ਕਿੰਨੇ ਬੰਦੇ ਨੂੰ ਕੱਢ ਕੇ ਲਿਆਏ? ਇਹ ਭਲਵਾਨ ਮੇਰੇ ਵੀ 4-5 ਮੱਝਾਂ ਲੈ ਗਿਆ ਜਿਹੜੇ ਫਸੀਆਂ ਹੋਈਆਂ 10-10 ਫੁੱਟ ਪਾਣੀ 'ਚ ਤੇ ਵਿੱਚ 4-5 ਜੀ ਜਿਹੜੇ ਬਹੁਤ ਮੌਤ ਦੇ ਮੂੰਹ 'ਚ ਮਤਲਬ ਬੈਠੇ ਹੋਏ ਜਿਹਨਾਂ ਕੋਈ ਪਹੁੰਚ ਨਹੀਂ ਰਿਹਾ ਜਿਹਨਾਂ ਦੇ ਘਰਾਂ ਤੱਕ। ਪਿੰਡ ਵਿੱਚ ਸਰ ਕੋਈ ਜਾ ਰਿਹਾ ਵੀਰ ਜੀ ਜਿਹੜੇ ਡੇਰੇ ਆ ਮੰਡ ਜਿਹਨਾਂ ਦੇ ਘਰ ਆ ਦੂਰ ਤੱਕ ਕੋਈ ਸਹੂਲਤ ਨਹੀਂ ਜਾ ਰਹੀ ਮੇਰਾ ਵੀਰ ਜੀ। ਠੀਕ ਆ, ਇਹਨਾਂ ਵੀਰਾਂ ਧੰਨਵਾਦ। ਆ ਜਿਹੜੇ ਮੇਰੇ ਵੀਰ ਨਾਲ ਹੋ ਗਏ ਨਾ ਸਾਡੇ ਨਾਲ ਪਸ਼ੂਆਂ ਦੀ ਜਾਨ ਬਚਾਈ ਹੈ ਜੀ। ਚਲੋ ਕੋਈ ਨਹੀਂ ਭਾਈ, ਸੰਨੀ ਦਿਓਲ ਸਾਡੇ ਇੱਥੋਂ ਦਾ ਪਾਰਲੀਮੈਂਟ ਦਾ ਬੰਦਾ ਜੇ ਉਹ ਗਦਰ ਫਿਲਮਾਂ ਬਣਾ ਰਿਹਾ, ਇੱਥੇ ਗਦਰ ਪਿਆ ਸਾਡੇ ਸ਼ਹਿਰ ਦੇ ਵਿੱਚ, ਇੱਥੇ ਵੀ ਕੁਛ ਕਰੇ ਆ ਕੇ, ਇੱਥੇ ਵੀ ਚਾਹੀਦਾ ਕੁਛ, ਇੱਥੇ ਵੀ ਚਾਹੀਦਾ ਸਾਨੂੰ ਮਤਲਬ ਕਿ ਆਏ ਹੈਲਪ ਕਰੇ, ਪਰ ਉਹਨੂੰ ਲੋੜ ਨਹੀਂ, ਹੁਣ ਤਾਂ ਆਉਣ ਦੀ ਲੋੜ ਕੋਈ ਨਹੀਂ ਹੈਗੀ ਉਹਨੂੰ ਇੱਥੇ ਕੀ ਆ। ਉੱਧਰ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਜੇ, ਘੱਟ ਤੋਂ ਘੱਟ ਵੀ 12 ਫੁੱਟ ਪਾਣੀ ਜੇ। ਆਪਾਂ ਗੁਰਦਾਸਪੁਰ ਤੋਂ ਆਏ ਹਾਂ, ਜੀਵਨ ਭਾਜੀ ਤਿੱਬੜ ਤੋਂ ਆਏ ਹਾਂ, ਟਰੈਕਟਰ ਪੂਰਾ ਡੁੱਬਿਆ ਸੀ ਸਾਡਾ, ਪੂਰਾ ਟਰੈਕਟਰ ਡੁੱਬਿਆ ਸੀ, ਘੱਟ ਤੋਂ ਘੱਟ ਵੀ 60-70 ਡੰਗਰ ਫਸੇ ਆ, ਪੱਛੇ ਫਸੇ ਆ, ਮੱਝਾਂ ਸੂਣ ਵਾਲੀਆਂ ਜੇ, ਉਹਨਾਂ ਨੂੰ ਪੱਠੇ ਨਹੀਂ ਪੁੱਜੇ, ਕੁਛ ਨਹੀਂ ਪੁੱਜਿਆ ਜੀ ਉਹਨਾਂ ਨੂੰ, ਰੋਟੀ ਤੱਕ ਨਹੀਂ ਪੁੱਜੀ, ਪਾਣੀ ਤੱਕ ਨਹੀਂ ਪੁੱਜਿਆ। ਮੁੰਡੇ ਦੀ ਮਾਤਾ ਫਸੀ ਹੋਈ ਆ ਇੱਥੇ, ਬਜ਼ੁਰਗ ਜਿਹੜੇ ਆ ਨਾ ਵਿਚਾਰੇ ਉਹ ਲਿਆਉਣ ਜੋਗੇ ਵੀ ਨਹੀਂ ਆ, ਨਾ ਬੇੜੀਆਂ ਵਾਲੇ ਜਾ ਰਹੇ ਆ, ਇਹ ਕਹਿ ਸਕਦੇ ਹੋ ਕਿ ਉਹ ਪਰਮਾਤਮਾ ਦੇ ਸਹਾਰੇ ਆ ਕਿ ਸਿਰਫ ਆਪਣੀ ਮੌਤ ਡੀਕਣ ਦੇ ਆ, ਕਿ ਕਿਹੜੇ ਟਾਈਮ ਮੌਤ ਆ ਜੇ। ਇੱਥੇ ਪਿੰਡ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਜੀ, ਤੁਹਾਨੂੰ ਇੱਧਰ ਲੈਣੇ ਤੁਹਾਡੇ ਮਾਧਿਅਮ ਰਾਹੀਂ ਦੇਖੋ, ਬਹੁਤ ਮਾੜੇ ਹਾਲਾਤ ਆ। ਝੋਨਾ ਇੱਧਰ ਕਿੱਲਿਆਂ ਦੇ ਕਿੱਲੇ ਡੁੱਬ ਚੁੱਕਾ, ਕਮਾਦ ਡੁੱਬ ਚੁੱਕਾ, ਫਸਲਾਂ ਜਿਹੜੀ ਬਹੁਤ ਇਹਦਾ ਬੇਹਤਿਆਈ ਨੁਕਸਾਨ ਹੋ ਗਿਆ ਵਾ, ਜਿਹੜਾ ਆਪਾਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਇਹ ਜਿਹੜਾ ਨੁਕਸਾਨ ਹੈ 10 ਸਾਲ ਨਹੀਂ ਅਸੀਂ ਇਹਦਾ ਘਾਟਾ ਪੂਰਾ ਕਰ ਸਕਦੇ। ਦੇਖੋ ਜੀ, ਨਲਾਕੀ ਤਾਂ ਪਹਿਲਾਂ ਸਾਰਿਆਂ ਤੋਂ ਸੈਂਟਰ ਸਰਕਾਰ ਦੀ ਆ, ਜੇਕਰ ਅੱਗੇ ਵੀ ਤੁਹਾਡੇ ਮਾਧਿਅਮ ਰਾਹ ਦੱਸਿਆ ਕਿ ਜੇਕਰ ਦਰਿਆ ਦੇ ਵਿੱਚ ਪਾਣੀ ਛੱਡਣਾ, ਅਸੀਂ ਬਹੁਤ ਦਿਨ ਦਰਿਆ ਖਾਲੀ ਰਿਹਾ ਵਾ, ਉਹਦੇ ਵਿੱਚ ਹੌਲੀ 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 ਪਾਣੀ ਛੱਡਦੇ, ਇਹਨਾਂ ਨੇ ਯਕਦਮ ਪਾਣੀ ਛੱਡ ਕੇ ਸਾਡੀਆਂ ਫਸਲਾਂ ਦਾ, ਸਾਡੇ ਕਮਾਦ ਦਾ, ਸਾਡੇ ਪੰਜਾਬ ਦਾ, ਸਾਡੇ ਪਿੰਡ ਦਾ ਬਹੁਤ ਭਾਰੀ ਨੁਕਸਾਨ ਕੀਤਾ ਜੀ। ਅਤੇ ਮੈਂ ਆਪਣੇ ਭਗਵੰਤ ਸਿੰਘ ਮਾਨ ਨੂੰ ਕਹਿੰਦਾ ਕਿ ਮਾਨ ਸਾਹਿਬ, ਤੁਹਾਡੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ, 92 ਮੈਂਬਰ ਆ ਤੁਸੀਂ, ਝੰਡਾ ਲਵਾਉਣਾ ਸਾਡਾ ਪਿੰਡ ਆ, ਜ਼ਿਲ੍ਹਾ ਗੁਰਦਾਸਪੁਰ ਆ, ਬਲਾਕ ਸਾਡਾ ਕਾਦੀਆਂ ਜੀ। ਇਹ ਹਾਲਾਤ ਦੇਖੋ ਤੁਸੀਂ ਕਿ ਇਹ ਜੋ ਫਸਲਾਂ ਡੁੱਬੀਆਂ ਪਈਆਂ ਨੇ, ਇੱਥੋਂ ਪਿਛਲੇ ਸਾਲ ਪਹਿਲਾਂ ਕਣਕਾਂ ਵੀ ਇੱਦਾਂ, ਕਣਕ ਦੀ ਫਸਲ ਵੀ ਇੱਦਾਂ ਹੀ ਖਰਾਬ ਹੋਈ ਸੀ, ਇੱਥੇ ਜਿਹਨਾਂ ਦਾ ਕਣਕ ਨਹੀਂ ਮਰੀ ਅਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਸੀ, ਅਤੇ ਜਿਹਨਾਂ ਦੀ ਮਰੀ ਸੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਸੀ। ਇਸ ਕਰਕੇ ਇਹ ਸਾਰੇ ਇਲਾਕੇ ਦੇ ਵਿੱਚ ਆਓ ਅਤੇ ਇਨਸਾਫ ਦੇ ਨਾਲ ਚੱਲੋ, ਅਤੇ ਇਹ ਲੋਕ ਜੋ ਜ਼ਿਮੀਂਦਾਰ ਜਿਹਨਾਂ ਦਾ ਘੱਟੋ ਘੱਟ 40-40 ਹਜ਼ਾਰ ਰੁਪਇਆ ਕਿੱਲੇ ਦਾ ਖਰਚਾ ਆਇਆ ਵਾ, ਇਹਨਾਂ ਦਾ ਕੋਈ ਹੱਲ ਸੋਚੋ, ਕਿਉਂਕਿ ਅੱਜ ਦੀ ਜਿਹੜੀ ਕਿਸਾਨ ਦੀ ਸਥਿਤੀ ਆ ਬਹੁਤ ਜ਼ਿਆਦਾ ਮਾੜੀ ਹੈ ਜੀ। ਹਾਲਾਤ ਕੱਲ੍ਹ ਪਰਸੋਂ ਤੋਂ ਬਹੁਤ ਹੀ ਨਾਜ਼ੁਕ ਬਣੇ ਹੋਏ ਹੈ, ਜੋ ਕਿ ਪਾਣੀ ਬਹੁਤ ਜ਼ਿਆਦਾ, ਪਾਣੀ ਦਾ ਪੱਧਰ ਬਹੁਤ ਜ਼ਿਆਦਾ ਚੜਿਆ ਹੋਇਆ ਹੈ, ਅਤੇ ਲੋਕਾਂ ਦੀ ਇਹ ਜ਼ਮੀਨਾਂ ਫਸਲਾਂ ਦੇਖੋ, ਤੁਹਾਡੇ ਸਾਹਮਣੇ ਇੱਧਰ ਇੱਕ ਕਿਸਮ ਦਾ ਦਰਿਆ ਬਣਿਆ ਹੋਇਆ, ਪਿੰਡ ਦੀ ਬਾਉਂਡਰੀ ਟੁੱਟ ਕੇ ਪਿੰਡ ਦੇ ਐਂਟਰ ਪਾਣੀ ਕਰ ਚੁੱਕਾ ਹੈ, ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਲੋਕਾਂ ਦਾ, ਪਸ਼ੂਆਂ ਦਾ, ਮਾਲ ਦਾ, ਔਰ ਪਬਲਿਕ ਦਾ ਬਹੁਤ ਜ਼ਿਆਦਾ, ਖਾਣ ਲਈ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਰਹਿ ਗਈ ਇੱਥੇ। ਪ੍ਰਸ਼ਾਸਨ ਦੇ ਵੱਲੋਂ ਇਸ ਪਿੰਡ 'ਚ ਗੇੜਾ ਮਾਰਿਆ ਗਿਆ? ਪ੍ਰਸ਼ਾਸਨ ਦੇ DC ਸਾਹਿਬ ਗੇੜਾ ਮਾਰ ਰਹੇ ਨੇ, ਪੂਰੇ ਘੁੰਮ ਰਹੇ ਨੇ, ਦੇਖ ਰਹੇ ਨੇ ਹਾਲਾਤ, ਨਾਲ ਜਿਹੜਾ ਪ੍ਰਸ਼ਾਸਨ ਦੇ ਤਹਿਸੀਲਦਾਰ ਸਾਹਿਬ ਸਾਰੇ ਇੱਧਰ ਘੁੰਮ ਰਹੇ ਨੇ, ਰੈਵਨਿਊ ਡਿਪਾਰਟਮੈਂਟ ਪੂਰਾ ਘੁੰਮ ਰਿਹਾ ਇੱਧਰ, ਪਰ ਪਾਣੀ ਬਹੁਤ ਜ਼ਿਆਦਾ, ਇਸ ਕਰਕੇ ਕੁਛ ਨਹੀਂ ਕੀਤਾ ਜਾ ਸਕਦਾ। ਮਦਦ ਕੀਤੀ ਗਈ ਪ੍ਰਸ਼ਾਸਨ ਵੱਲੋਂ? ਪ੍ਰਸ਼ਾਸਨ ਵੱਲੋਂ ਵੈਸੇ ਕੋਈ ਮਦਦ ਨਹੀਂ ਪਹੁੰਚੀ ਅਜੇ ਤੱਕ, ਕਿਸੇ ਚੀਜ਼ ਦੀ ਕੋਈ ਮਦਦ ਨਹੀਂ ਪਹੁੰਚੀ ਹੋਈ ਹੈ। ਜੇ ਲਾਈਟ ਦੀ ਗੱਲ ਕਰੀਏ, ਲਾਈਟ ਅਰਲੀ ਮਾਰਨਿੰਗ ਜਿਹਦੇ ਕਰਕੇ ਮੈਨੂੰ ਲੱਗਦਾ ਖੰਭੇ ਵੀ ਡਿੱਗ ਚੁੱਕੇ ਹੋਣ ਪਾਣੀ ਕਰਕੇ, ਜਿਹਦੇ ਕਾਰਨ ਲਾਈਟ ਦੇ ਵਿੱਚ ਬਹੁਤ ਜ਼ਿਆਦਾ ਵਿਘਨ ਆਇਆ ਹੋਇਆ ਹੈ, ਪਿੰਡ ਨੂੰ ਕਾਫੀ ਸਵੇਰ ਤੋਂ ਅਰਲੀ ਮਾਰਨਿੰਗ ਤੋਂ ਲਾਈਟ ਕੱਟ ਹੈ। ਕੀ ਮੰਗ ਕਰਦੇ ਹੋ? ਮੰਗ ਵੀ ਇਹ ਜਿਹੜੇ ਕਿਸਾਨਾਂ ਦਾ ਬਹੁਤ ਜ਼ਿਆਦਾ ਫਸਲ ਮਾਰੀ ਚੁੱਕੀ ਹੈ, ਭਾਰੀ ਨੁਕਸਾਨ ਹੋਇਆ ਹੈ, ਇਹ ਮੁਆਵਜ਼ਾ ਦਿੱਤਾ ਜਾਏ ਗੌਰਮੈਂਟ। ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਹਾਂ, ਸਰਦਾਰ ਭਗਵੰਤ ਮਾਨ ਜੀ ਨੂੰ, ਵੀ ਇਹ ਲੋਕਾਂ ਨੂੰ ਵੱਧ ਤੋਂ ਵੱਧ ਇਹਨਾਂ ਲੋਕਾਂ ਦਾ ਖਿਆਲ ਰੱਖਿਆ ਜਾਏ। ਦੱਸਦੀ ਕਿ ਲੋਕਾਂ ਦਾ ਕਹਿਣਾ ਹੈ ਕਿ ਦਰਿਆ ਤੇ ਤੁਸੀਂ ਬੰਨ ਦੇ ਕਮਜ਼ੋਰ ਹਿੱਸਿਆਂ ਬਾਰੇ ਜੇਕਰ ਪਾਣੀ ਛੱਡਣ ਤੋਂ ਪਹਿਲਾਂ ਹੀ ਪੜਤਾਲ ਕਰਕੇ ਉਹਨਾਂ ਨੂੰ ਪੱਕਿਆ ਕਰ ਦਿੱਤਾ ਜਾਂਦਾ ਤਾਂ ਜਿੰਨਾ ਨੁਕਸਾਨ ਨਹੀਂ ਹੋਣਾ ਸੀ। ਨੌਜਵਾਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਡੰਗਰ ਬੱਚਿਆਂ ਦਾ ਰੈਸਕਿਊ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਪ੍ਰਬੰਧ ਸਿਰਫ ਕੁਝ ਕੁ ਇਲਾਕਿਆਂ ਤੱਕ ਹੀ ਸੀਮਤ ਨੇ।
ਅਜਿਹੇ ਚ ਨੌਜਵਾਨਾਂ ਦਾ ਕਹਿਣਾ ਹੈ ਕਿ ਕਈ ਲੋਕ ਆਪਣੇ ਘਰਾਂ ਦੇ ਵਿੱਚ ਹੀ ਫਸੇ ਹੋਏ ਨੇ ਤੇ ਮਦਦ ਦੀ ਉਡੀਕ ਕਰ ਰਹੇ ਨੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਪੰਜਾਬੀ ਲੋਕ ਚੈਨਲ।